Good morning, students. Today we will discuss the topic events in sexual reproduction. First, event that is pre-fertilization. Pre-fertilization मतलब किया prior gametic fusion. जिधर चपके ने कि only the formation of gametes. उस process नो ऐसी की कहने हैं that is gametogenesis. जो आप अकेले के gametes से size थी appearance थी गल कर दें जेता अपने को गैमेट्स की अपीयरेंस से सिमिलर ने दैट इज नोन एज द होमोगैमेट्स जिन्हां दे विच की जिहड़ी की गैमेट्स आ वन इज लार्जर एंड अदर इज स्मॉलर दैट इज नोन एज द हेटरोगैमेट आम तौर ते बेटा गैमेट्स हमेशा के हैप्लॉइड हुंदे ने हैप्लॉइड क्यों हुंदे हैगे ने क्योंकि मियोसिस डिवीजन अपीयर अप हुंदी हैगी मियोसिस डिवीजन की करदी आ दैट रिड्यूसेस द क्रोमोसोम नंबर नु रिड्यूस कर देंदी आ जिदे करके क्या गैमेट्स नु क्या हैप्लॉइड जिहड़ी किया फॉर्मेशन प्रोवाइड करदी है इस करके वो गैमेट्स जिहड़ी आपां कहिंदे हैप्लॉइड हुंदे ने किहदे द्वारा हुंदे ने मियोसिस डिवीजन करके हुंदे ने उन्हां गैमेट्स नु मियोसाइट्स कहा जाता है उससे दे अकॉर्डिंग किया मियोसिस डिवीजन दे अकॉर्डिंग किया दैट इज ऑफ द थ्री टाइप्स तीन टाइप दे हुंदे हैगे सब तो पहला जायगोटिक मियोसिस जायगोटिक दा मतलब किया फ्यूजन हो जांदी है मेल ते फीमेल गैमेट्स दे लेकिन दैट परफॉर्म द डिप्लॉयड सेल परफॉर्म करते हैं लेकिन जड़े ऑर्गेनिज्म किया हैप्लॉयड इन नेचर ने उन्हें विच जाइगोट तो बाद किया मियोसिस डिवीजन होती है दैट इज कन्वर्टेड इनटू द हैप्लॉयड सेल्स जड़े हैप्लॉयड सेल्स आगे जाके किया हैप्लॉयड ऑर्गेनिज्म नु परफॉर्म करते हैं इसे तरीके ना बेटा किया स्पोरिक फॉर्मेशन होती हैगी है जिन्हें आपां एल्गी फंजाई दी गल कर सकते हैं ਜਿਹਦੇ ਵਿੱਚ ਜਿਹੜੇ ਕੀ ਆ ਸਪੋਰਸ ਹੁੰਦੇ ਹੈਗੇ ਨੇ ਉਹ ਕਹਿੰਦਾ ਮਿਓਸਿਸ ਤੋਂ ਬਾਅਦ ਕੀ ਆ ਹੈਪਲਾਇਡ ਜਿਹੜੇ ਕੀ ਆ ਫਾਰਮੇਸ਼ਨ ਪਰਫਾਰਮ ਕਰਦੇ ਨੇ ਤੇ ਹੈਪਲਾਇਡ ਹੀ ਆਰਗੇਨਿਜ਼ਮ ਨੂੰ ਜਨਮ ਦਿੰਦੇ ਨੇ ਉਸ ਤੋਂ ਬਾਅਦ ਕੀ ਗੈਮੇਟਿਕ ਜਿਹੜੇ ਅਸੀਂ ਹਿਊਮਨ ਬੀਇੰਗ ਦੇ ਵਿੱਚ ਵੀ ਗੱਲ ਕਰ ਸਕਦੇ ਹੈਗੇ ਕਿ ਜਦੋਂ ਆਪਾਂ ਕਹਿੰਦੇ ਕਿ ਗੈਮੇਟਿਕ ਦੀ ਫਾਰਮੇਸ਼ਨ ਹੁੰਦੀ ਹੈ ਤਾਂ ਉਸ ਦੇ ਦੌਰਾਨ ਪਹਿਲਾਂ ਹੀ ਮਿਓਸਿਸ ਡਿਵੀਜ਼ਨ ਹੋ ਜਾਂਦੀ ਹੈ ਜਿਹਦੇ ਕਰਕੇ ਕੀ ਆ ਗੈਮੇਟ ਜਿਹੜੇ ਕੀ ਆ ਹੈਪਲਾਇਡ ਪਰਫਾਰਮ ਅਪ ਹੁੰਦੇ ਹੈਗੇ ਨੇ ਜਿਨ੍ਹਾਂ ਤੋਂ ਕਹਿੰਦਾ ਅੱਗੇ ਜਾ ਕੇ ਅਗਰ ਤਾਂ ਆਰਗੇਨਿਜ਼ਮ ਨੇ ਹੈਪਲਾਇਡ ਪਰਫਾਰਮ ਅਪ ਹੋਣਾ ਹੈਗਾ ਤਾਂ ਸਿੱਧੇ ਜਿਹੜੇ ਕਿ ਹੈਪਲਾਇਡ ਔਰ ਗੈਮੇਟਸ ਨੇ ਆਰਗੇਨਿਜ਼ਮ ਵਿੱਚ ਕਨਵਰਟ ਹੋ ਜਾਂਦੇ ਨੇ ਅਗਰ ਉਹਨਾਂ ਵਿੱਚ ਕੀ ਆ ਡਿਪਲਾਇਡ ਆਰਗੇਨਿਜ਼ਮ ਪ੍ਰੋਡਿਊਸ ਅਪ ਹੋਣਾ ਹੈਗਾ ਤਾਂ ਦੋਨੋਂ ਗੈਮੇਟਸ ਫਿਊਜ਼ ਕਰਕੇ ਕੀ ਆ ਡਿਪਲਾਇਡ ਸੈਲ ਪਰਫਾਰਮ ਕਰਦੇ ਹੈਗੇ ਸੈਕਿੰਡ ਆ ਬੇਟਾ ਆਪਣੇ ਕੋਲੇ ਗੈਮੀਟ ਟ੍ਰਾਂਸਫਰ ਗੈਮੇਟਿਕ ਫਾਰਮੇਸ਼ਨ ਤਾਂ ਹੋ ਗਈ ਹੁਣ ਗੈਮੀਟਸ ਨੇ ਟ੍ਰਾਂਸਫਰ ਕਰਨਾ ਹੈਗਾ ਜਦੋਂ ਗੈਮੇਟਸ ਦੀ ਟ੍ਰਾਂਸਫਰ ਹੁੰਦੀ ਹੈ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ ਜੇ ਅਗਰ ਅਸੀਂ ਕਿ ਟ੍ਰਿਡੋਫਾਈਟਸ ਦੀ ਗੱਲ ਕਰੀਏ ਜਾਂ ਅਸੀਂ ਬ੍ਰਾਇਓਫਾਈਟਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਗੈਮੇਟਸ ਹੁੰਦੇ ਹੈਗੇ ਨੇ ਉਹ ਵਾਟਰ ਦੇ ਰਾਹੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਲੈ ਕੇ ਟ੍ਰਾਂਸਮਿਟ ਹੁੰਦੇ ਹੈਗੇ ਔਰ ਪਲਾਂਟਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਉਹਨਾਂ ਵਿੱਚ ਜਿਹੜੇ ਕਿ ਮੇਲ ਗੈਮੇਟਸ ਹੁੰਦੇ ਨੇ ਆਪਾਂ ਪਿੱਛੇ ਪੜਿਆ ਸੀਗਾ ਕਿ ਮੇਲ ਗੈਮੇਟਸ ਮੋਟਾਈਲ ਹੁੰਦੇ ਨੇ ਲੇਕਿਨ ਪਲਾਂਟਸ ਦੇ ਵੀ ਜਿਹੜੇ ਕਿ ਮੇਲ ਗੈਮੇਟਸ ਹੁੰਦੇ ਨੇ ਦੈਟ ਇਜ਼ ਨੌਨ ਮੋਟਾਈਲ ਤਾਂ ਕਿਹਦੇ ਦੁਆਰਾ ਜਿਹੜੇ ਕਿ ਪਾਸ ਆਨ ਕਰਦੇ ਹੈਗੇ ਨੇ ਪੋਲਨ ਟਿਊਬ ਦੁਆਰਾ ਪਰਫਾਰਮ ਅਪ ਕਰਦੇ ਹੈਗੇ ਨੇ ਜਿਹੜੇ ਕਿ ਆ ਫੀਮੇਲ ਪਾਰਟ ਤੱਕ ਪਾਸ ਆਨ ਕਰਦੇ ਨੇ ਔਰ ਉਸ ਪ੍ਰੋਸੈਸ ਨੂੰ ਕੀ ਆ ਪੋਲੀਨੇਸ਼ਨ ਕਿਹਾ ਜਾਂਦਾ ਹੈਗਾ ਔਰ ਕਈ ਹਾਇਰ ਐਨੀਮਲ ਦੇ ਵਿੱਚ ਕੀ ਆ ਕੋਕੁਲੇਟਰੀ ਆਰਗਨਸ ਹੁੰਦੇ ਹੈਗੇ ਨੇ ਜਿਹੜੇ ਹੈਲਪ ਕਰਦੇ ਹੈਗੇ ਨੇ ਗੈਮੇਟਸ ਦੀ ਟ੍ਰਾਂਸਫਾਰਮੇਸ਼ਨ ਵਾਸਤੇ ਤੀਸਰਾ ਬੇਟਾ ਆਪਣੇ ਕੋਲੇ ਹੈਗਾ ਫਰਟੀਲਾਈਜੇਸ਼ਨ ਫਰਟੀਲਾਈਜੇਸ਼ਨ ਦਾ ਮਤਲਬ ਕੀ ਆ ਫਿਊਜ਼ਨ ਆਫ ਦਾ ਮੇਲ ਐਂਡ ਫੀਮੇਲ ਗੈਮੇਟਸ ਇਹ ਟੂ ਟਾਈਪਸ ਹੁੰਦੇ ਐਕਸਟਰਨਲ ਐਂਡ ਇੰਟਰਨਲ ਐਕਸਟਰਨਲ ਦਾ ਮਤਲਬ ਕੀ ਆ ਮੇਲ ਤੇ ਫੀਮੇਲ ਦੋਨੋਂ ਹੀ ਆਰਗੇਨਿਜ਼ਮ ਆਪਣੇ ਆਪਣੇ ਗੈਮੇਟਸ ਕੀ ਆ ਸ਼ਟ ਡਾਊਨ ਕਰਦੇ ਨੇ ਬਾਡੀ ਚੋਂ ਰਿਲੀਜ਼ ਕਰਦੇ ਹੈਗੇ ਨੇ ਦੋਨੋਂ ਜਿਹੜੇ ਗੈਮੇਟਸ ਹੈਗੇ ਨੇ ਉਹਨਾਂ ਵਿੱਚ ਕੀ ਆ ਅਟਰੈਕਸ਼ਨ ਹੁੰਦੀ ਆ ਔਰ ਦੋਨੋਂ ਫਿਊਜ਼ ਕਰਕੇ ਕੀ ਆ ਜ਼ਾਇਗੋਟ ਬਣਾਉਂਦੇ ਨੇ ਜਿਸ ਤੋਂ ਨਵਾਂ ਆਰਗੇਨਿਜ਼ਮ ਪਰਫਾਰਮ ਅਪ ਹੁੰਦਾ ਹੈਗਾ ਲੇਕਿਨ ਇੰਟਰਨਲ ਫਰਟੀਲਾਈਜੇਸ਼ਨ ਦੇ ਵਿੱਚ ਕੀ ਹੁੰਦਾ ਹੈਗਾ ਕਿ ਮਦਰ ਦੀ ਬਾਡੀ ਦੇ ਅੰਦਰ ਹੀ ਦੋਨੋਂ ਗੈਮੇਟਸ ਫਿਊਜ਼ ਅਪ ਕਰਦੇ ਨੇ ਤੇ ਇੱਕ ਆਰਗੇਨਿਜ਼ਮ ਦੇ ਵਿੱਚ ਕਨਵਰਟ ਕਰਦੇ ਹੈਗੇ ਜਿਹੜੀ ਇੰਟਰਨਲ ਫਰਟੀਲਾਈਜੇਸ਼ਨ ਹੈ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਹੈ ਐਸ ਕੰਪੇਅਰ ਟੂ ਐਕਸਟਰਨਲ ਕਿਉਂਕਿ ਇੰਟਰਨਲ ਦੇ ਵਿੱਚ ਕੀ ਆ ਕਿਸੇ ਪ੍ਰੀਡੇਟਰ ਦਾ ਕੋਈ ਖਤਰਾ ਨਹੀਂ ਹੁੰਦਾ ਹੈਗਾ ਦੂਸਰਾ ਕੀ ਆ ਮਦਰ ਤੋਂ ਪ੍ਰੋਪਰਲੀ ਕੀ ਆ ਉਹ ਜਿਹੜਾ ਕਿ ਸੈੱਲ ਆ ਜਾਂ ਐਮਬ੍ਰੀਓ ਆ ਉਸ ਨੂੰ ਪ੍ਰੋਪਰਲੀ ਕੀ ਨਰਿਸ਼ਮੈਂਟ ਮਿਲਦੀ ਰਹਿੰਦੀ ਹੈ ਫੋਰਥ ਬੇਟਾ ਆਪਣੇ ਕੋਲੇ ਪੋਸਟ ਫਰਟੀਲਾਈਜੇਸ਼ਨ ਜਦੋਂ ਆਪਣੇ ਕੋਲੇ ਫਰਟੀਲਾਈਜੇਸ਼ਨ ਹੋ ਗਈ ਜ਼ਾਇਗੋਟ ਬਣ ਗਿਆ ਤਾਂ ਉਸ ਤੋਂ ਬਾਅਦ ਕੀ ਉਸਨੇ ਕਿ ਐਮਬ੍ਰੀਓ ਦੇ ਵਿੱਚ ਕਨਵਰਟ ਹੋਣਾ ਹੈਗਾ ਲੇਕਿਨ ਐਮਬ੍ਰੀਓ ਦੇ ਵਿੱਚ ਕਨਵਰਟ ਹੋਣ ਵਾਸਤੇ ਕੀ ਆ ਉਸ ਦੇ ਦੌਰਾਨ ਕਿ ਤਿੰਨ ਟਾਈਪ ਦੇ ਲਾਈਫ ਸਾਈਕਲ ਦੇ ਵਿੱਚ ਉਹਨੂੰ ਲੱਗਣਾ ਪੈਂਦਾ ਹੈਗਾ ਕਿ ਜਦੋਂ ਜ਼ਾਇਗੋਟ ਬਣ ਗਿਆ ਤਾਂ ਜ਼ਾਇਗੋਟ ਦੇ ਅਕੋਰਡਿੰਗ ਜਿਹੜਾ ਆਰਗੇਨਿਜ਼ਮ ਆ ਉਹਦੇ ਵਿੱਚ ਕਿਹੜਾ ਲਾਈਫ ਸਾਈਕਲ ਜਿਹੜਾ ਕੀ ਪਰਫਾਰਮ ਅਪ ਹੋਣਾ ਹੈਗਾ
ਸਭ ਤੋਂ ਪਹਿਲਾਂ ਹੈਪਲੋਂਟਿਕ ਹੈਪਲੋਂਟਿਕ ਦਾ ਮਤਲਬ ਕੀ ਹੈ ਹੈਪਲਾਇਡ ਨੰਬਰ ਆਫ ਕ੍ਰੋਮੋਸੋਮ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅੱਧੇ ਨੰਬਰ ਆਫ ਕ੍ਰੋਮੋਸੋਮ ਹੁੰਦੇ ਨੇ ਜਿਹਦੇ ਵਿੱਚ ਅਸੀਂ ਕਹਿੰਦੇ ਹੈਗੇ ਹਾਂ ਕਿ ਜਿਹਦੇ ਵਿੱਚ ਮਿਓਸਿਸ ਡਿਵੀਜ਼ਨ ਪਹਿਲਾਂ ਹੀ ਹੋ ਜਾਂਦੀ ਹੈਗੀ ਹੈ ਜਾਈਗੋਟ ਦੀ ਅਤੇ ਜਾਈਗੋਟ ਜਿਹੜਾ ਕਿ ਅੱਗੇ ਕਨਵਰਟ ਹੁੰਦਾ ਹੈਗਾ ਕਿ ਇਹਦੇ ਵਿੱਚ ਹੁੰਦਾ ਹੈਗਾ ਹੈਪਲਾਇਡ ਔਰਗੈਨਿਜ਼ਮ ਦੇ ਵਿੱਚ ਦੂਸਰਾ ਬੇਟਾ ਡਿਪਲੋਂਟਿਕ ਜਿਸ ਤਰੀਕੇ ਨਾਲ ਅਸੀਂ ਹਿਊਮਨ ਬੀਇੰਗ ਦੀ ਗੱਲ ਕਰ ਸਕਦੇ ਹਾਂ ਕਿ ਸਾਡੇ ਵਿੱਚ ਕੀ ਹੁੰਦਾ ਹੈਗਾ ਅਸੀਂ ਡਿਪਲੋਇਡ ਹੈ ਕਿਉਂਕਿ ਇੱਕ ਜਿਹੜਾ ਗੈਮੀਟ ਹੈ ਮਦਰ ਤੋਂ ਆਉਂਦਾ ਦੂਸਰਾ ਕੀ ਹੈ ਫਾਦਰ ਤੋਂ ਆਉਂਦਾ ਹੈਗਾ ਦੋਨੋਂ ਜਿਹੜੇ ਹੈਪਲਾਇਡ ਨੰਬਰ ਨੇ ਜਦੋਂ ਜੁਆਇਨ ਕਰਕੇ ਜਾਈਗੋਟ ਪਰਫਾਰਮ ਕਰਦੇ ਨੇ ਦੈਟ ਇਜ਼ ਕਨਵਰਟਿਡ ਇਨ ਟੂ ਦਾ ਡਿਪਲਾਇਡ ਸੈੱਲ ਤੋ ਉਸ ਡਿਪਲਾਇਡ ਸੈੱਲ ਤੋਂ ਡਿਪਲਾਇਡ ਔਰਗੈਨਿਜ਼ਮ ਹੀ ਜਿਹੜਾ ਕੀ ਆ ਪਰਫਾਰਮ ਅਪ ਹੁੰਦਾ ਹੈਗਾ ਤੀਸਰੀ ਬੇਟਾ ਡਿਪਲੋ ਹੈਪਲੋਂਟਿਕ ਇਹਦਾ ਕੀ ਮਤਲਬ ਹੈ ਇਸਨੂੰ ਹੈਪਰੋ ਡਿਪਲੋਂਟਿਕ ਵੀ ਕਹਿ ਸਕਦੇ ਹਾਂ ਜਿਹਦਾ ਮਤਲਬ ਕਿ ਪਹਿਲਾਂ ਇਹਦੇ ਵਿੱਚ ਕੀ ਆ ਆਪਣੇ ਕੋਲ ਡਿਪਲਾਇਡ ਬਣਨ ਫਿਰ ਹੈਪਲਾਇਡ ਦੇ ਵਿੱਚ ਕਨਵਰਟ ਹੋ ਜਾਣ ਹੈਪਰੋ ਡਿਪਲੋਂਟਿਕ ਦੇ ਵਿੱਚ ਉਲਟ ਹੋ ਜਾਂਦਾ ਕਿ ਪਹਿਲਾਂ ਹੈਪਲਾਇਡ ਗੈਮੀਟਸ ਬਣਦੇ ਨੇ ਫਿਰ ਉਹ ਫਿਊਜ਼ ਕਰਕੇ ਕੀ ਆ ਡਿਪਲਾਇਡ ਜਿਹੜੇ ਕੀ ਆ ਸੈੱਲ ਪਰਫਾਰਮ ਕਰਦੇ ਨੇ ਹੈਪਲੋ ਡਿਪਲੋਂਟਿਕ ਜਿਹੜੀ ਆਪਾਂ ਕਹਿੰਦੇ ਹੈਗੇ ਆ ਹਿਊਮਨ ਬੀਇੰਗ ਦੇ ਵਿੱਚ ਜਿਹੜੀ ਕਿ ਆ ਪ੍ਰੈਜੈਂਟ ਹੁੰਦੀ ਹੈਗੀ ਹੈ ਫਿਫਥ ਆ ਬੇਟਾ ਆਪਣੇ ਕੋਲ ਐਮਬ੍ਰੀਓਜੈਨੇਸਿਸ ਐਮਬ੍ਰੀਓਜੈਨੇਸਿਸ ਦਾ ਮਤਲਬ ਕੀ ਆ ਜੋ ਆਪਣੇ ਕੋਲ ਜਾਈਗੋਟ ਬਣ ਗਿਆ ਉਹਦੀ ਡਿਵੈਲਪਮੈਂਟ ਸ਼ੁਰੂ ਹੋ ਜਾਣੀ ਹੈਗੀ ਤਾਂ ਉਸ ਨੂੰ ਅਸੀਂ ਕਹਿੰਦੇ ਡਿਵੈਲਪਮੈਂਟ ਦੇ ਅਕੋਰਡਿੰਗ ਜਿਹੜੇ ਕੀ ਆ ਤਿੰਨ ਤਰ੍ਹਾਂ ਦੇ ਹੁੰਦੇ ਨੇ ਕਿਸ ਤਰੀਕੇ ਨਾਲ ਇੱਕ ਡਿਵੈਲਪਮੈਂਟ ਹੁੰਦੀ ਹੈ ਔਰਗੈਨਿਜ਼ਮ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਓਵੀਪੇਰਸ ਓਵੀਪੇਰਸ ਦਾ ਮਤਲਬ ਕੀ ਹੁੰਦਾ ਕਿ ਉਹ ਔਰਗੈਨਿਜ਼ਮ ਵਿੱਚ ਲੇ ਦਾ ਐਗਸ ਜਿਹੜੇ ਆਪਾਂ ਕਹਿੰਦੇ ਕਿ ਐਗ ਲੇ ਕਰਦੇ ਨੇ ਦੂਸਰਾ ਆਪਣੇ ਕੋਲ ਕਿ ਵਿਵੀਪੇਰਸ ਵਿਵੀਪੇਰਸ ਦਾ ਮਤਲਬ ਕੀ ਹੈਗਾ ਜਿਹੜੇ ਪਲੇਸੈਂਟਲ ਹੁੰਦੇ ਹੈਗੇ ਨੇ ਜੋ ਆਪਾਂ ਕਹਿੰਦੇ ਮਦਰ ਦੀ ਵੋਮ ਦੇ ਅੰਦਰ ਗਰੋ ਅਪ ਕਰਦੇ ਨੇ ਔਰ ਜੋ ਵੀ ਨਰਿਸ਼ਮੈਂਟ ਹੈਗੀ ਆ ਉਹ ਮਦਰ ਤੋਂ ਲੈਂਦੇ ਨੇ ਥਰੂ ਦਾ ਪਲੇਸੈਂਟਾ ਤੀਸਰੇ ਬੇਟਾ ਕੀ ਹੁੰਦੇ ਨੇ ਓਵੋ ਵਿਵੀਪੇਰਸ ਕਹਿਣ ਦਾ ਮਤਲਬ ਕੀ ਆ ਕਿ ਐਗ ਲੇ ਜ਼ਰੂਰ ਕਰਦੇ ਨੇ ਲੇਕਿਨ ਦੇ ਰਿਟੇਨ ਦੇਅਰ ਐਗ ਇਨ ਦੇਅਰ ਬੋਡੀ ਫੀਮੇਲ ਦੀ ਬੋਡੀ ਦੇ ਅੰਦਰ ਕਿਹੜੇ ਕੀ ਆ ਐਗ ਰਿਟੇਨ ਹੁੰਦੇ ਹੈਗੇ ਨੇ ਲੇਕਿਨ ਪਲੇਸੈਂਟਾ ਦੇ ਰਾਹੀਂ ਜਿਹੜੀ ਮਦਰ ਹੈ ਕੋਈ ਵੀ ਨਰਿਸ਼ਮੈਂਟ ਨਹੀਂ ਪ੍ਰੋਵਾਈਡ ਕਰਦੀ ਉਹ ਖੁਦ ਆਪਣੀ ਨਰਿਸ਼ਮੈਂਟ ਆਪਣੇ ਆਪ ਲੈਂਦੇ ਨੇ ਉਹਨਾਂ ਨੂੰ ਓਵੋ ਵਿਵੀਪੇਰਸ ਕਿਹਾ ਜਾਂਦਾ ਹੈਗਾ ਨੈਕਸਟ ਆਉਂਦਾ ਆਪਣੇ ਕੋਲ ਪਲਾਂਟਸ ਦੇ ਵਿੱਚ ਤਾਂ ਪਲਾਂਟਸ ਦੇ ਵਿੱਚ ਆਪਣੇ ਕੋਲ ਸੈਕਸ਼ੂਅਲ ਜਿਹੜੀ ਕੀ ਹੈ ਫਰਟੀਲ ਰੀਪ੍ਰੋਡਕਸ਼ਨ ਕਿਸ ਤਰੀਕੇ ਨਾਲ ਹੁੰਦੀ ਆ ਇਨ ਐਂਜੀਓਸਪਰਮ ਐਂਜੀਓਸਪਰਮ ਦਾ ਮਤਲਬ ਹੁੰਦਾ ਫਲਾਵਰਿੰਗ ਪਲਾਂਟਸ ਫਲਾਵਰਿੰਗ ਪਲਾਂਟ ਜਿਹੜੀ ਆਪਣੇ ਕੋਲ ਕੀ ਹੁੰਦੀ ਹੈਗੀ ਆ ਉਹਨਾਂ ਵਿੱਚ ਜਿਹੜੀ ਫਰਟੀਲਾਈਜੇਸ਼ਨ ਆ ਦੈਟ ਇਜ਼ ਡਬਲ ਫਰਟੀਲਾਈਜੇਸ਼ਨ ਕਿਉਂਕਿ ਜਿਹੜੇ ਇਹਦੇ ਵਿੱਚ ਮੇਲ ਗੈਮੀਟਸ ਹੈਗੇ ਨੇ ਦੋ ਮੇਲ ਗੈਮੀਟਸ ਕੀ ਆ ਫੀਮੇਲ ਬੋਡੀ ਦੇ ਅੰਦਰ ਅਵਿਊਲ ਦੇ ਅੰਦਰ ਪਾਸ ਆਨ ਕਰਦੇ ਹੈਗੇ ਨੇ ਜਿਹਦੇ ਵਿੱਚ ਇੱਕ ਫਿਊਜ਼ ਕਰਕੇ ਕੀ ਆ ਜਾਈਗੋਟ ਬਣਾਉਂਦਾ ਦੈਟ ਇਜ਼ ਡਿਪਲਾਇਡ ਇਨ ਨੰਬਰ ਜਿਹਦੇ ਤੋਂ ਸੀਡ ਬਣਦੇ ਨੇ ਦੂਸਰਾ ਕੀ ਹੁੰਦਾ ਹੈਗਾ ਟ੍ਰਿਪਲਾਇਡ ਇਨ ਨੰਬਰ ਤਾਂ ਉਹਦੇ ਵਿੱਚ ਕ੍ਰੋਮੋਸੋਮ ਜਿਹੜਾ ਕਿ ਇਨਕਰੀਜ਼ ਕਰ ਗਿਆ ਦੈਟ ਇਜ਼ ਨੋਨ ਐਜ਼ ਦਾ ਐਂਡੋਸਪਰਮ ਜਿਹੜਾ ਕਿ ਇੱਕ ਫੂਡ ਲੈਡਨ ਟਿਸ਼ੂ ਪਰਫਾਰਮ ਕਰਦਾ ਹੈਗਾ ਜਿਹੜਾ ਆਪਾਂ ਕਹਿੰਦੇ ਕਿ ਉਸ ਕੀ ਆ ਸੀਡ ਨੂੰ ਕੀ ਆ ਨਰਿਸ਼ਮੈਂਟ ਪ੍ਰੋਵਾਈਡ ਕਰਦਾ ਹੈਗਾ ਨੈਕਸਟ ਆ ਬੇਟਾ ਆਪਣੇ ਕੋਲ ਨਿਊ ਟੌਪਿਕ ਹੈ ਦੈਟ ਇਜ਼ ਪਾਰਥੈਨੋਜੈਨੇਸਿਸ ਪਾਰਥੈਨੋ ਦਾ ਮਤਲਬ ਹੁੰਦਾ ਹੈਗਾ ਜਿਹਨੂੰ ਅਸੀਂ ਵਰਜਿਨ ਕਹਿੰਦੇ ਹਾਂ ਜੈਨੇਸਿਸ ਦਾ ਮਤਲਬ ਕੀ ਹੁੰਦਾ ਹੈਗਾ ਬਰਥ ਇਹਦਾ ਮਤਲਬ ਕੀ ਹੈ ਜਿਹੜਾ ਆਪਾਂ ਕਹਿੰਦੇ ਕੀ ਹੈ ਵਰਜਿਨ ਬਰਥ ਹੈ ਦੈਟ ਇਜ਼ ਨੋਨ ਐਜ਼ ਦਾ ਪਾਰਥੈਨੋਜੈਨੇਸਿਸ ਤਾਂ ਸਾਇੰਸ ਦੇ ਅਕੋਰਡਿੰਗ ਇਹਦੀ ਆਪਾਂ ਕਹਿੰਦੇ ਡੈਫੀਨੇਸ਼ਨ ਕੀ ਆ ਡਿਵੈਲਪਮੈਂਟ ਆਫ ਐਨ ਐਗ ਇਨ ਟੂ ਅ ਕੰਪਲੀਟ ਇੰਡੀਵਿਜੁਅਲ ਵਿਦਆਊਟ ਫਰਟੀਲਾਈਜੇਸ਼ਨ ਕੋਈ ਫਰਟੀਲਾਈਜੇਸ਼ਨ ਨਹੀਂ ਹੁੰਦੀ ਅਤੇ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਕਿ ਆ ਫੀਮੇਲ ਹੀ ਜਿਹੜਾ ਕਿ ਮੇਨ ਪਾਰਟੀਸਪੇਟ ਕਰਦੀ ਹੈਗੀ ਆ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਵਨ ਇਜ਼ ਦਾ ਨੈਚੁਰਲ ਐਂਡ ਦਾ ਆਰਟੀਫਿਸ਼ਲ ਨੈਚੁਰਲ ਜੋ ਕੁਦਰਤੀ ਤਰੀਕੇ ਨਾਲ ਕਿ ਐਨੀਮਲਸ ਦੇ ਵਿੱਚ ਪਾਈ ਜਾਂਦੀ ਹੈ ਇਟ ਇਜ਼ ਆਲਸੋ ਆਫ ਟੂ ਟਾਈਪਸ ਵਨ ਇਜ਼ ਦਾ ਕੰਪਲੀਟ ਸੈਕਿੰਡ ਇਜ਼ ਦਾ ਇਨਕੰਪਲੀਟ ਕੰਪਲੀਟ ਦਾ ਮਤਲਬ ਕੀ ਆ ਜਿਹਦੇ ਵਿੱਚ ਕੋਈ ਮੇਲ ਪ੍ਰੋਡਿਊਸ ਅਪ ਨਹੀਂ ਹੁੰਦਾ ਓਨਲੀ ਫੀਮੇਲਸ ਹੁੰਦੀਆਂ ਨੇ ਔਰ ਉਹੀ ਪਾਰਟੀਸਪੇਟ ਕਰਦੀਆਂ ਹੈਗੀਆਂ ਨੇ ਕਿਸੇ ਵੀ ਨਵੇਂ ਔਰਗੈਨਿਜ਼ਮ ਨੂੰ ਪ੍ਰੋਡਿਊਸ ਅਪ ਕਰਨ ਵਾਸਤੇ ਇਹਦੇ ਵਿੱਚ ਜਿੰਨੇ ਵੀ ਔਰਗੈਨਿਜ਼ਮ ਪ੍ਰੋਡਿਊਸ ਅਪ ਹੁੰਦੇ ਨੇ ਸਿਰਫ ਤੇ ਸਿਰਫ ਕੀ ਆ ਪਾਰਥੈਨੋਜੈਨਿਕਲੀ ਪ੍ਰੋਡਿਊਸ ਅਪ ਹੁੰਦੇ ਹੈਗੇ ਨੇ ਦੀ ਐਗਜ਼ਾਮਪਲ ਹੈ ਬੇਟਾ ਆਪਣੇ ਕੋਲ ਰੌਕ ਲਿਜ਼ਰਡ ਅਰਮੇਨੀਆ ਅਰਮੇਨੀਆ ਕੰਟਰੀ ਹੈ ਉਸ ਜਗ੍ਹਾ ਦੇ ਉੱਪਰ ਕੀ ਹੈ ਰੌਕ ਲਿਜ਼ਰਡ ਪਾਈ ਜਾਂਦੀ ਹੈ ਜਿਹੜੀ ਸਿਰਫ ਤੇ ਸਿਰਫ ਕੀ ਆ ਪਾਰਥੈਨੋਜੈਨਿਕਲੀ ਹੀ ਪ੍ਰੋਡਿਊਸ ਅਪ ਹੁੰਦੀ ਹੈਗੀ ਸੈਕਿੰਡ ਹੈ ਬੇਟਾ ਆਪਣੇ ਕੋਲ ਇਨਕੰਪਲੀਟ ਪਾਰਥੈਨੋਜੈਨਸਿਸ ਜਿਹਦਾ ਕੀ ਮਤਲਬ ਹੈ ਜਿਹਦੇ ਵਿੱਚ ਦੋਨੋਂ ਤਰ੍ਹਾਂ ਦੇ ਆਪਾਂ ਕਹਿੰਦੇ ਹੈਗੇ ਹਾਂ ਕਿ ਫਰਟੀਲਾਈਜੇਸ਼ਨ ਅਪੀਅਰ ਅਪ ਹੁੰਦੀ ਹੈ ਸੈਕਸ਼ੂਅਲੀ ਵੀ ਅਤੇ ਪਾਰਥੈਨੋਜੈਨਿਕਲੀ ਵੀ ਜਿਹਦੀ ਪਹਿਲੀ ਐਗਜ਼ਾਮਪਲ ਆਪਣੇ ਕੋਲ ਕਿ ਹਨੀ ਬੀ ਆ ਹਨੀ ਬੀ ਦੀਆਂ ਕਿ ਤਿੰਨ ਫਾਰਮਸ ਹੈਗੀਆਂ ਨੇ ਕੁਈਨ ਹੈ ਵਰਕਰ ਹੈ ਅਤੇ ਡਰੋਨਸ ਹੈਗੇ ਨੇ ਕੁਈਨ ਅਤੇ ਵਰਕਰਸ ਕੀ ਆ ਦੋਨੋਂ ਫੀਮੇਲ ਹੁੰਦੀਆਂ ਹੈਗੀਆਂ ਜਿਹੜੀਆਂ ਆਪਾਂ ਕਹਿੰਦੇ ਹੈਗੇ ਹਾਂ ਕਿ ਸੈਕਸ਼ੂਅਲੀ ਜਿਹੜੀ ਕਿ ਪ੍ਰੋਡਿਊਸ ਅਪ ਹੁੰਦੀਆਂ ਨੇ ਲੇਕਿਨ ਡਰੋਨ ਦੈਟ ਇਜ਼ ਦਾ ਮੇਲ ਜਿਹੜਾ ਆਪਾਂ ਕਹਿੰਦੇ ਹੈਗੇ ਹਾਂ ਕਿ ਆਪਣੇ ਕੋਲ ਪਾਰਥੈਨੋਜੈਨਿਕਲੀ ਜਿਹੜਾ ਕਿ ਪ੍ਰੋਡਿਊਸ ਅਪ ਹੁੰਦਾ ਹੈ ਸੈਕਿੰਡ ਬੇਟਾ ਦੀ ਐਗਜ਼ਾਮਪਲ ਹੈਗੀ ਆ ਏਫਿਡਸ
ਤੇ ਫਿਰ ਕੀ ਆ ਸਮਰ ਦੇ ਦੌਰਾਨ ਕਿ ਸਿਰਫ ਫੀਮੇਲਸ ਪ੍ਰੋਡਿਊਸ ਅਪ ਹੁੰਦੀਆਂ ਹੈਗੀਆਂ ਨੇ ਤੇ ਉਸ ਤੋਂ ਬਾਅਦ ਕੀ ਆ ਸਮਰ ਦੇ ਐਂਡ ਦੇ ਵਿੱਚ ਦੋਨੋਂ ਮੇਲ ਤੇ ਫੀਮੇਲ ਪ੍ਰੋਡਿਊਸ ਅਪ ਹੁੰਦੇ ਨੇ ਜਿਹੜੇ ਕੀ ਆ ਫਰਟੀਲਾਈਜ਼ ਐਗ ਪ੍ਰੋਡਿਊਸ ਅਪ ਕਰਦੇ ਨੇ ਤੇ ਉਹਦੇ ਵਿੱਚੋਂ ਕੀ ਆ ਸਪਰਿੰਗ ਦੇ ਦੌਰਾਨ ਕੀ ਆ ਜਿਹੜੇ ਆਪਣੇ ਕੋਲ ਸੈਕਸ਼ੂਅਲੀ ਪ੍ਰੋਡਿਊਸਿੰਗ ਆਰਗੇਨਿਜ਼ਮ ਜਿਹੜੇ ਕੀ ਆ ਹੈਚ ਆਊਟ ਹੁੰਦੇ ਹੈਗੇ ਨੇ ਤੀਸਰਾ ਬੇਟਾ ਆਪਣੇ ਕੋਲ ਐਗਜ਼ਾਮਪਲ ਹੈਗੀ ਆ ਟਰਕੀ ਦੀ ਟਰਕੀ ਦੇ ਵਿੱਚ ਕੀ ਆ 40% ਜਿਹੜੇ ਕੀ ਆ ਮੇਲ ਹੈ ਉਹ ਪਾਰਥੈਨੋਜੈਨਿਕਲੀ ਪ੍ਰੋਡਿਊਸ ਅਪ ਹੁੰਦੇ ਨੇ ਤੇ ਸੈਕਸ਼ੂਅਲ ਜਿਹੜੇ 60% ਜਿਹੜੀਆਂ ਟਰਕੀਜ਼ ਹੁੰਦੀਆਂ ਹੈਗੀਆਂ ਨੇ ਮੇਲ ਤੇ ਫੀਮੇਲ ਦੋਨੋਂ ਹੀ ਜਿਹੜੇ ਸੈਕਸ਼ੂਅਲੀ ਰੀਪ੍ਰੋਡਿਊਸਿੰਗ ਦੇ ਦੁਆਰਾ ਜਿਹੜੇ ਕਿ ਪ੍ਰੋਡਿਊਸ ਅਪ ਹੁੰਦੇ ਹੈਗੇ ਨੇ ਉਸ ਤੋਂ ਬਾਅਦ ਬੇਟਾ ਆਪਣੇ ਕੋਲ ਕੀ ਆ ਥਰਡ ਕੀ ਆ ਦੈਟ ਇਜ਼ ਪੈਡੋਜੈਨਸਿਸ ਪੈਡੋਜੈਨਸਿਸ ਦਾ ਮਤਲਬ ਕੀ ਹੁੰਦਾ ਹੈਗਾ ਕਿ ਲਾਰਵਾ ਹੀ ਅਡਲਟ ਵਾਲੇ ਕਰੈਕਟਰ ਜਿਹੜੇ ਕਿ ਰਟੇਨ ਅਪ ਕਰਦਾ ਹੈਗਾ ਤੇ ਇਹਦੇ ਵਿੱਚ ਕੀ ਹੁੰਦਾ ਹੈਗਾ ਲੀਵਰ ਫਲੂਕ ਦੇ ਵਿੱਚ ਪਾਈ ਜਾਂਦੀ ਆ ਜਿਹਦੇ ਵਿੱਚ ਕੀ ਆ 5 ਤਰ੍ਹਾਂ ਦੇ ਲਾਰਵਾਸ ਪਰਫਾਰਮ ਅਪ ਹੁੰਦੇ ਨੇ ਕਹਿਣ ਦਾ ਮਤਲਬ ਕੀ ਆ ਇੱਕ ਲਾਰਵਾ 5 ਤਰ੍ਹਾਂ ਦੀਆਂ ਸਟੇਜਿਸ ਦੇ ਵਿੱਚ ਕਨਵਰਟ ਹੋ ਕੇ ਫਿਰ ਅਡਲਟ ਦੇ ਵਿੱਚ ਕਨਵਰਟ ਹੁੰਦਾ ਹੈਗਾ ਲੀਵਰ ਫਲੂਕ ਦੀਆਂ 5 ਜਿਹੜੀਆਂ ਆਪਾਂ ਕਹਿੰਦੇ ਲਾਰਵਲ ਸਟੇਜਿਸ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਮੀਰਾਸੀਡੀਅਮ ਮੀਰਾਸੀਡੀਅਮ ਦੈਨ ਕਨਵਰਟਿਡ ਇਨਟੂ ਦਾ ਸਪੋਰੋਸਿਸਟ ਵਿੱਚ ਕਨਵਰਟਿਡ ਇਨਟੂ ਦਾ ਰੀਡੀਆ ਵਿੱਚ ਕਨਵਰਟਿਡ ਇਨਟੂ ਦਾ ਸਰਕੇਰੀਆ ਐਂਡ ਵਿੱਚ ਕਨਵਰਟਿਡ ਇਨਟੂ ਮੈਟਾ ਸਰਕੇਰੀਆ ਮੈਟਾ ਸਰਕੇਰੀਆ ਫਿਰ ਕੀ ਆ ਅਡਲਟ ਦੇ ਵਿੱਚ ਕਨਵਰਟ ਹੁੰਦਾ ਹੈਗਾ ਲੇਕਿਨ ਇਹ ਵੀ ਆਪਣੇ ਕੋਲ ਕੀ ਆ ਪਾਰਥੈਨੋਜੈਨਿਕਲੀ ਹੁੰਦਾ ਹੈ ਇਸ ਨੂੰ ਪੈਡੋਜੈਨਸਿਸ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਪੈਡੋ ਦਾ ਮਤਲਬ ਕਿ ਲਾਰਵਾ ਲਾਰਵਾ ਤੋਂ ਜਿਹੜਾ ਆਪਾਂ ਕਹਿੰਦੇ ਕਿ ਅਡਲਟ ਦੇ ਵਿੱਚ ਆਰਗੇਨਿਜ਼ਮ ਪਰਫਾਰਮ ਅਪ ਹੁੰਦਾ ਹੈ ਉਸ ਤੋਂ ਬਾਅਦ ਬੇਟਾ ਆਪਣੇ ਕੋਲ ਬੇਸਿਸ ਆਫ ਸੈਕਸ ਹੈਗੀਆਂ ਨੇ ਕਿ ਕਈ ਆਪਾਂ ਕਹਿੰਦੇ ਉਹਨਾਂ ਨੂੰ ਕੀ ਨਾਮ ਦੇ ਸਕਦੇ ਹੈਗੇ ਆ ਸਾਇੰਸ ਦੇ ਅਕੋਰਡਿੰਗ ਬਾਇਓ ਦੇ ਅਕੋਰਡਿੰਗ ਕੀ ਆ ਜਿੱਥੇ ਸਿਰਫ ਕੱਲੇ ਮੇਲਸ ਪ੍ਰੋਡਿਊਸ ਅਪ ਹੁੰਦੇ ਨੇ ਉਹਨਾਂ ਨੂੰ ਐਰੈਂਟੋਕੀ ਕਿਹਾ ਜਾਂਦਾ ਹੈਗਾ ਜਿੱਥੇ ਕੱਲੀਆਂ ਫੀਮੇਲਸ ਪ੍ਰੋਡਿਊਸ ਅਪ ਹੁੰਦੀਆਂ ਨੇ ਉਹਨਾਂ ਨੂੰ ਥੈਲੋਟੋਕੀ ਕਿਹਾ ਜਾਂਦਾ ਹੈਗਾ ਜਿੱਥੇ ਮੇਲ ਤੇ ਫੀਮੇਲ ਦੋਨੋਂ ਹੀ ਪ੍ਰੋਡਿਊਸ ਅਪ ਹੁੰਦੇ ਨੇ ਉਹਨਾਂ ਨੂੰ ਕਿਹਾ ਐਂਫੀਟੋਕੀ ਕਿਹਾ ਜਾਂਦਾ ਹੈਗਾ ਦੂਸਰੀ ਬੇਟਾ ਆਪਣੇ ਕੋਲ ਆਪਾਂ ਗੱਲ ਕੀਤੀ ਸੀ ਆਰਟੀਫਿਸ਼ਲ ਦੀ ਤਾਂ ਆਰਟੀਫਿਸ਼ਲ ਪਾਰਥੈਨੋਜੈਨਸਿਸ ਦੇ ਵਿੱਚ ਕੀ ਆ ਦੋ ਆਸਪੈਕਟ ਨੇ ਇੱਕ ਫਿਜ਼ੀਕਲ ਦੂਸਰਾ ਕੀ ਆ ਕੈਮੀਕਲ ਜਿਹੜਾ ਆਪਾਂ ਕਹਿੰਦੇ ਕਿ ਮੈਨਮੇਡ ਦੁਆਰਾ ਹੁੰਦਾ ਹੈਗਾ ਫਿਜ਼ੀਕਲ ਦੇ ਵਿੱਚ ਕੀ ਆ ਅਸੀਂ ਟੈਂਪਰੇਚਰ ਇਨਕਰੀਜ਼ ਕਰ ਸਕਦੇ ਹਾਂ ਅਲਟਰਾਵਾਇਲਟ ਰੇਸ ਦਿੱਤੀਆਂ ਜਾ ਸਕਦੀਆਂ ਨੇ ਜਾਂ ਉਹਦੀ ਕੀ ਆ ਪੀ ਐਚ ਵੈਲਿਊ ਇਨਕਰੀਜ਼ ਕੀਤੀ ਜਾ ਸਕਦੀ ਹੈਗੀ ਆ ਦੂਸਰਾ ਕੈਮੀਕਲੀ ਸਾਲਟ ਕੰਸੈਂਟ੍ਰੇਸ਼ਨ ਇਨਕਰੀਜ਼ ਕਰ ਸਕਦੇ ਹਾਂ ਜਾਂ ਕੋਈ ਵੀ ਆਪਾਂ ਕਹਿੰਦੇ ਕਿਹੜੇ ਕੀ ਆ ਸੋਲਿਊਸ਼ਨ ਨੇ ਏਸਿਡ ਨੇ ਜਿਹਦੇ ਵਿੱਚ ਅਸੀਂ ਅਲਕੋਹਲ ਦੀ ਗੱਲ ਕਰ ਸਕਦੇ ਈਥਰ ਦੀ ਗੱਲ ਕਰ ਸਕਦੇ ਹਾਂ ਉਹ ਕਹਿੰਦਾ ਕਿ ਕਿਸੇ ਵੀ ਆਪਾਂ ਕਹਿੰਦੇ ਕੀ ਆ ਅਨਫਰਟੀਲਾਈਜ਼ਡ ਐਗ ਨੂੰ ਪਰਫਾਰਮ ਕਰਕੇ ਉਹਦੇ ਵਿੱਚੋਂ ਜਿਹੜਾ ਈਜ਼ਲੀ ਰੈਪਿਡਲੀ ਜਿਹੜਾ ਕਿ ਨਵਾਂ ਆਰਗੇਨਿਜ਼ਮ ਪ੍ਰੋਡਿਊਸ ਕੀਤਾ ਜਾ ਸਕਦਾ ਹੈਗਾ ਬੱਚੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਟ੍ਰਕਚਰ ਦੇ ਵਿੱਚ ਮੇਨ ਕੀ ਇੰਪੋਰਟੈਂਟ ਹੈ ਇੱਕ ਤਾਂ ਦੇਖੀਏ ਨੇਮਿੰਗ ਇੰਪੋਰਟੈਂਟ ਆ ਦੂਸਰੀ ਇਹਦੀ ਐਗਜ਼ਾਮਪਲ ਇੰਪੋਰਟੈਂਟ ਹੈਗੀ ਕਿਉਂ ਕਿਉਂਕਿ ਇਹਦੇ ਵਿੱਚ ਆਪਣੇ ਕੋਲ ਐਮ ਸੀ ਕਿਊ ਕੁਐਸਚਨ ਜਿਹੜੇ ਕੀ ਆ ਆਉਣੇ ਹੈਗੇ ਨੇ ਸੋ ਤੁਸੀਂ ਮੇਨ ਐਮ ਸੀਸ ਕਿਹਦੇ ਉੱਪਰ ਦੇਣਾ ਹੈਗਾ ਇਹਨਾਂ ਦੀ ਜਿਹੜੀਆਂ ਨੇਮਿੰਗ ਹੈਗੀਆਂ ਨੇ ਉਹਨਾਂ ਦੇ ਉੱਪਰ ਦੇਣਾ ਹੈਗਾ ਟਰਮਸ ਦੇ ਉੱਪਰ ਦੇਣਾ ਹੈਗਾ ਔਰ ਉਹਨਾਂ ਦੀਆਂ ਐਗਜ਼ਾਮਪਲਸ ਦੇ ਉੱਪਰ ਦੇਣਾ ਹੈਗਾ ਥੈਂਕਸ ਬੇਟਾ